ਸਤਿ ਸ੍ਰੀ ਅਕਾਲ ਜੀ। ਜਿਹੜਾ ਆਪਣਾ ਅੱਜ ਵਾਲਾ ਬਲੌਗ ਹੈ ਜੀ, ਅੱਜ ਆਪਣੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ, ਅਤੇ ਉਹਦਾ ਅੱਜ ਭੋਗ ਹੈ ਜੀ, ਅਤੇ ਭੋਗ ਪੈਣ ਦੀ ਫੁੱਲ ਤਿਆਰੀ ਹੈ ਜੀ। ਸਾਡੇ ਹਾਂ ਸਮਾਪਤੀ ਹੋ ਜਾਣੀ ਹੈ ਜੀ, ਸਾਰੀ ਸੰਗਤ ਆ ਰਹੀ ਹੈ ਜੀ, ਅਤੇ ਆਹ ਦੇਖੋ ਸਾਰੀ ਸੰਗਤ ਆ ਰਹੀ ਹੈ ਜੀ, ਤੇ ਆਪਾਂ ਤੁਹਾਨੂੰ ਨਾਲ ਨਾਲ ਦਿਖਾਉਣੇ ਜੀ, ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਜੀ। ਬਹੁਤ ਦੇਸੀ ਘਿਓ ਦੀਆਂ ਜਲੇਬੀਆਂ ਵੀ ਬਣ ਰਹੀਆਂ ਨੇ ਜੀ, ਉਹ ਵੀ ਤੁਹਾਨੂੰ ਦਿਖਾਵਾਂਗੇ, ਤੇ ਆ ਜਾਓ ਜੀ, ਤੁਹਾਨੂੰ ਲੈ ਕੇ ਚੱਲਦੇ ਆ, ਤੁਹਾਨੂੰ ਦਿਖਾਉਣੇ ਆ ਜੀ। ਆਹ ਦੇਖੋ ਜੀ, ਤੇ ਭੋਗ ਪਈ ਜਾਂਦਾ ਜੀ, ਹੁਣ ਸੁਣ ਵੀ ਰਿਹਾ ਹੋਣਗੇ ਬਾਬਾ ਜੀ, ਤੇ ਇੱਧਰ ਸੇਵਾਦਾਰ ਸੇਵਾ ਕਰੀ ਜਾਂਦੇ ਜੀ। ਆਹ ਦੇਖੋ ਜੀ, ਤਿਆਰੀ ਹੈ ਜੀ, ਸੰਗਤ ਸੇਵਾ ਕਰ ਰਹੀ ਆ, ਇੱਧਰ ਸੰਗਤ ਸੇਵਾ ਕਰੀ ਜਾਂਦੀ ਹੈ ਜੀ। ਆਹ ਦੇਖੋ ਥਾਲ, ਥਾਲਾਂ ਸਾਫ਼ ਕਰ ਰਹੇ ਨੇ ਥਾਲ, ਅਤੇ ਉੱਧਰ ਭਾਂਡਿਆਂ ਦੀ ਸੇਵਾ, ਅਤੇ ਤੁਹਾਨੂੰ ਜਲੇਬੀਆਂ ਦੀ ਸੇਵਾ ਵੀ ਦਿਖਾਉਣੇ ਆ। ਸੰਗਤ ਪਹੁੰਚ ਗਈ ਆ, ਹੁਣ ਇੱਥੇ ਸੰਗਤ ਜਦੋਂ ਲੰਗਰ ਪਾਣੀ ਛੱਕਣਗੇ, ਉਹਨਾਂ ਵਾਸਤੇ ਮੀਟ ਵਿਛਾਏ ਜਾ ਰਹੇ ਨੇ, ਅਤੇ ਉੱਧਰਲੀ ਸਾਈਡ ਬੱਚੇ ਅਤੇ ਬੰਦੇ ਆਪਣੇ ਝਾੜੂ ਮਾਰ ਰਹੇ ਹਨ। ਦੇਖ ਸਕਦੇ ਹੋ ਜੀ, ਸੇਵਾਦਾਰ ਬਹੁਤ ਵਧੀਆ ਸੇਵਾ ਕਰ ਰਹੇ ਨੇ। ਆਹ ਦੇਖ ਸਕਦੇ ਵਧੀਆ, ਆਹ ਦੇਖ ਸਕਦੇ ਹਾਂ ਇੱਧਰ ਸਾਈਡ ਭਾਂਡੇ ਸਾਫ ਕੀਤੇ ਜਾ ਰਹੇ ਹਨ, ਸੰਗਤ ਝਾੜੂ ਮਾਰ ਰਹੇ ਹਨ। ਆਹ ਦੇਖ ਸਕਦੇ ਇੱਧਰ ਸਾਈਡ ਭਾਂਡੇ ਸਾਫ ਕਰੇ ਜਾ ਰਹੇ ਹਨ, ਦੇਖ ਸਕਦੇ ਜੀ ਸੰਗਤ ਸੇਵਾ ਕਰ ਰਹੀ ਹੈ। ਉਧਰਲੀ ਸਾਈਡ ਭਾਂਡੇ ਸਾਫ ਕੀਤੇ ਜਾ ਰਹੇ ਆ, ਅਤੇ ਅੰਦਰਲੀ ਸਾਈਡ ਮਾਈਆਂ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਹਨ। ਅੰਦਰਲੀ ਸਾਈਡ ਮਤਲਬ ਦਾਲਾਂ ਮਾਈ ਤਿਆਰ ਹੋਈਆਂ ਜਾ ਰਹੀਆਂ ਨੇ। ਮਾਤੇ ਤਿਆਰ ਕਰ ਰਹੀਆਂ ਨੇ, ਅਤੇ ਮਾਤਾ ਮਾਪਤੀ ਪੁਰਾਣੇ ਗੁਰੂ ਘਰ ਦੀ